ਅਸਲਾਮ ਵਾਲੇਕੁਮ। ਸੁਣਾਓ ਕੀ ਹਾਲ ਹੈ? ਅਲਹਮਦੁਲਿਲਾ। ਕਿਹੜੀ ਕਿਹੜੀ ਚੀਜ਼ ਲਿਆਣੀ ਜੇ ਹੋਰ? ਕੁੰਡੀ ਨਹੀਂ ਜੇ ਉਹ ਤਾਂ ਮੈਂ ਐਥੂ ਵਾਲੀ ਹੈ ਨਾ ਬਾਜ਼ਾਰ ਵਾਲੀ। ਦੁੱਧ ਲੈ ਕੇ ਆਇਓ। ਦੁੱਧ ਕਿੰਨਾ? ਕਿਲੋ ਇੱਕ। ਹੋਰ ਦਹੀਂ? ਉਹ ਹੈ ਨੇ ਤਿੰਨ ਨੇ ਕੇਕੇ। ਚੁੱਲਾ ਤਿਆਰ ਹੋ ਗਿਆ। ਲੱਕੜਾਂ ਇੱਧਰ ਤੇ ਕੋਈ ਨੀ। ਸੋਤੀ ਖਲੋਤੀ ਰਹੇਗੀ? ਆਹੋ ਤੇ ਹੈ। ਨਹੀਂ ਨਹੀਂ ਆਹ ਖਲੋ ਗਈ। ਅਸਲਾਮ ਵਾਲੇਕੁਮ ਰਹਿਮਤੁਲਾਹਿ ਵਬਰਕਾਤਹੁ। ਕੀ ਹਾਲ ਚਾਲ ਹੈ ਸਾਰਿਆਂ ਦਾ? ਉਮੀਦ ਕਰਨਾ ਤੁਸੀਂ ਸਾਰੇ ਹੈਰੀ ਤਰ੍ਹਾਂ ਲਵੋਗੇ। ਅਤੇ ਆਹ ਟਾਈਮ ਹੋ ਗਿਆ ਜੇ ਦੁਪਹਿਰ ਦੇ 10 ਵਜੇ ਦਾ, ਠੀਕ ਹੈ? ਕਿਉਂਕਿ 10 ਵਜੇ ਤੁਹਾਨੂੰ ਪਤਾ ਹੁਣ ਦੁਪਹਿਰ ਹੀ ਹੋਈ ਹੁੰਦੀ ਹੈ। ਅਤੇ ਅੱਜ ਇਤਵਾਰ ਅਤੇ ਅੱਜ ਨੇ ਕੰਮ ਹਜ਼ਾਰ ਅਤੇ ਕੰਮ ਹਜ਼ਾਰ ਅੱਜ ਕਿਉਂ ਨੇ? ਕਿਉਂਕਿ ਅੱਜ ਜਿਹੜਾ ਨਾ ਮੇਰੀ ਦਾਦੀ ਜੀ ਦਾ ਪਹਿਲਾ ਸਾਲਾਨਾ ਖਤਮ ਹੈ। ਅੱਜ ਦਾਦੀ ਜੀ ਨੂੰ ਫੋਤ ਹੋਇਆ ਜਿਹੜਾ ਨਾ ਪੂਰਾ 1 ਸਾਲ ਹੋ ਗਿਆ। 26 ਮਈ 2023 ਬਰੋਜ਼ ਜੁਮਾ ਦਿਨ ਜਿਹੜਾ ਨਾ ਮੇਰੀ ਦਾਦੀ ਹੋਰੀ ਦੁਨੀਆਂ ਤੋਂ ਗਏ ਹਨ, ਠੀਕ ਹੈ? ਅਤੇ ਅੱਜ 26 ਮਈ ਬਰੋਜ਼ ਇਤਵਾਰ 2024 ਅਤੇ ਅੱਜ ਜਿਹੜਾ ਨਾ ਦਾਦੀ ਜੀ ਦਾ ਪਹਿਲਾ ਸਾਲਾਨਾ ਖਤਮ ਹੈ। ਦਾਦੀ ਜੀ ਦਾ ਅਤੇ ਦਾਦਾ ਜੀ ਦਾ ਜਿਹੜਾ ਨਾ ਇਕੱਠਾ ਹੀ ਖਤਮ ਦਵਾਉਣ ਲੱਗੇ ਆ, ਠੀਕ ਹੈ? ਅਤੇ ਬਸ ਉਹਦੀ ਜਿਹੜਾ ਨਾ ਤਿਆਰੀ ਸ਼ਿਆਰੀ ਕਰਨੀ, ਉਹਦੀਆਂ ਚੀਜ਼ਾਂ ਚੂਜ਼ਾਂ ਲੈ ਕੇ ਆਉਣੀਆਂ ਨੇ। ਅਤੇ ਹੁਣ ਮੈਂ ਜਿਹੜਾ ਨਾ ਚੀਜ਼ਾਂ ਵਗੈਰਾ ਲੈਣ ਚੱਲਾਂ ਵਾਂ। ਬਾਕੀ ਤੁਸੀਂ ਸਾਰੇ ਜਣੇ ਜਿਹੜਾ ਨਾ ਮੇਰੀ ਦਾਦੀ ਵਾਸਤੇ, ਦਾਦੇ ਵਾਸਤੇ, ਨਾਨਾ ਨਾਨੀ ਵਾਸਤੇ, ਸਾਰਿਆਂ ਵਾਸਤੇ, ਜਿੰਨੇ ਕਲਮਾਂ ਪੜ੍ਹ ਕੇ ਟੁੱਟ ਕੇ ਨਾ ਸਾਰਿਆਂ ਵਾਸਤੇ ਇੱਕ ਵਾਰੀ ਜਿਹੜਾ ਨਾ ਲਾਜ਼ਮੀ ਦੁਆ ਕਰਿਓ ਕਿ ਅੱਲਾ ਪਾਕ ਉਹਨਾਂ ਸਾਰਿਆਂ ਨੂੰ ਜੰਨਤੁਲ ਫਿਰਦੌਸ ਵਿੱਚ ਆਲਾ ਮੁਕਾਮ ਅਤਾ ਫਰਮਾਨ ਅਤੇ ਉਹਨਾਂ ਦੇ ਸਗੀਰਾ ਕਬੀਰਾ ਗੁਨਾਹ ਮਾਫ਼ ਫਰਮਾਨ। ਆਮੀਨ ਸੁਮਾ ਆਮੀਨ। ਬਾਕੀ ਚੀਜ਼ਾਂ ਵਗੈਰਾ ਵੀ ਲਿਆਉਣੀਆਂ ਨੇ ਅਤੇ ਹੱਥ ਵੀ ਅੱਜ ਜਿਹੜਾ ਨਾ ਲਾਜ਼ਮੀ ਕਰਾਉਣਾ, ਕਿਉਂਕਿ 3 ਹਫ਼ਤੇ ਹੋਏ ਨੇ ਹੱਥ ਨਹੀਂ ਕਰਵਾਇਆ। ਤਿਲਾਲ 12 ਵਜੇ 100 ਕਿੰਨੇ ਦਾ ਇੱਕ ਹੈ? ਤਿਲੇ ਵਾਲੇ, ਤਿਲੇ ਵਾਲੇ। ਅਸਲਾਮੁਅਲੈਕੁਮ। ਵਾਲੇਕੁਮ ਸਲਾਮ। ਕੈਸੀ ਹੋ ਆਪ? ਕੈਸੀ ਨਹੀਂ, ਕੈਸਾ ਹੂੰ। ਅੱਛਾ, ਹਾਂ। ਇਮਰਾਨ ਬੇਟਾ? ਬਹੁਤ ਇਮਰਾਨ ਬੇਟਾ, ਕੀ ਕਰਨਾ ਪਿਆ? 2.5 ਕਿਲੋ ਚੀਨੀ ਦੇ, ਉੱਠ ਉੱਠ ਫਟਾਫਟ ਮਿੱਠੇ ਚੌਲਾਂ ਦਾ ਸਮਾਨ ਦੇ। ਸਾਗਾ ਭਾਈ, ਅੱਜ ਮਿੱਠੇ ਚਾਵਲ। ਹਾਂਜੀ, ਮਿੱਠੇ ਚਾਵਲ ਦਾਦੀ ਦਾ ਖਤਮ ਜੀ। ਹੈਂ? ਹਾਂਜੀ, ਬਿਰਿਆਨੀ ਪਕਾਓ ਇਹ। ਨਹੀਂ, ਗੋਸ਼ਤ ਪੱਕਾ। ਮੈਂ ਅੱਜ ਆਣਾ ਹੀ। ਓਏ, ਉਹ ਮੇਰੇ ਕੋਲ ਸ਼ੈ ਨਾ ਖਾ ਲੈ। ਨਿਕਾਹ ਕਰਨਾ ਪੁੱਲਾ ਜਾ ਮਿਲਣਾ ਹੈ। ਜਲਦੀ ਦੋ। ਚੱਲ ਮੈਂ ਕਰਨਾ ਦੇਣੀ ਹੈ। ਤੂੰ ਕਿੰਨਾ ਲਾਇਆ ਹੈ WhatsApp ਤੇ? ਮੈਂ ਕਰਨਾ ਦੇਣਾ। ਮੈਂ ਟਵੀਸ਼ਨ ਪੜਨਾ ਹੈ। ਕਿੱਥੇ? ਉਹ ਛੁੱਟੀ ਵਾਲੇ ਦਿਨ ਵੀ ਟਵੀਸ਼ਨ ਤੇ ਆਤੀ। ਇਹਦੇ ਹਰ ਥੋੜੀ ਬੋਤੀ
ਵਿੱਚ ਜੋ ਜੋ ਕੁਛ ਪੈਂਦਾ ਮਿੱਠੇ ਚੋਲਾਂ ਦੇ ਰੰਗ ਰੰਗ ਹੈ ਹੀ ਮੇਰੇ ਕੋਲ ਬਾਕੀ ਦੇ ਹਰ ਸੌਂਗੀ ਲਾਚੀ ਲੂਚੀ ਵੀ ਪੈਂਦੀ ਵਿੱਚ ਪਾ ਇਹਨਾਂ ਨੂੰ ਫਸੋ ਫਟ ਪੈਕ ਕਰ ਇੱਕ ਨਸਵਾਰ ਆ ਖੜੀ ਉਹਦੇ ਵਿੱਚ ਜਿਹਦਾ ਰੋਲਾ ਹੀ ਪਾ ਦੇਣਾ ਜਾਂਦੇ ਯਾਰ ਸਮਾਨ ਸਮੂਨ ਅਸੀਂ ਲੈ ਲਿਆ ਠੀਕ ਹੈ ਦੁੱਧ ਲੈਣਾ ਸੀ ਉਹ ਵੀ ਲੈ ਲਿਆ ਅਤੇ ਹੁਣ ਜਲਦੀ ਨਾਲ ਚੱਲੀਏ ਘਰ ਅਤੇ ਜਾ ਕੇ ਕਰਵਾਈਏ ਦੇਗਾ ਰੈਡੀ ਤੁਸੀਂ ਆਪ ਕੜਛੀ ਮਾਰਨ ਲੱਗੇ ਹੋ ਕਿਉਂ ਡਰ ਲੱਗਦਾ ਵਧੀਆ ਜਿਹਾ ਕਰਕੇ ਸਾਲਣ ਦੇ ਮਰਜ ਤੇਜ਼ ਨਾ ਪਏ ਹੈ ਧੁੱਪ ਪਏ ਵਾ ਅਸੀਂ ਧੁੱਪ ਪਾਸੇ ਜਿਹੜਾ ਨਾ ਅਸੀਂ ਉੱਤੇ ਸਾਇਆ ਲਾਇਆ ਅਤੇ ਥੱਲੇ ਹੁਣ ਇਹਦੇ ਚੀਜ਼ਾਂ ਰੱਖੀਆਂ ਬਾਕੀ ਸਾਲਣ ਵਗੈਰਾ ਬਣਦਾ ਨਾ ਫਿਰ ਜਾ ਕੇ ਨਹਾ ਧੋ ਕੇ ਅਤੇ ਕੱਪੜੇ ਛੱਪੜੇ ਚੇਂਜ ਕਰਨੇ ਆ ਉਹ ਆਈਏ ਓਏ ਯਾਰੀ ਟੋਪੀ ਤਾਂ ਲਾਈ ਟੋਪੀ ਤਾਂ ਲਾ ਦੀ ਲਾ ਤੇ ਸਹੀ ਉਹ ਤੇਰੀ ਪਹਿਲੇ ਵੀ ਹੈ ਇੱਕ ਮਿੰਟ ਓਏ ਐ ਵੇ ਐ ਕੀ ਕਰਨਾ ਪਿਆ ਚਲੋ ਏ ਥੱਲੇ ਨਹਾ ਜੋ ਨਹਾਚੋ ਨਹਾਚੋ ਥੱਲੇ ਜੇ ਇਹਦੇ ਕੰਮ ਕਰਨੇ ਜੇ ਨਾ ਤੂੰ ਉੱਤੇ ਨਾ ਆਇਓ ਚੱਲ ਹੁਣ ਟੋਪੀ ਲਾ ਬੜੇ ਪਿਆਰ ਦੇ ਨਾਲ ਲਾ ਲਾ ਹੁਣ ਆਪੀ ਲਾ ਕੇ ਦੱਸ ਸਰ ਇੱਕ ਵਾਰੀ ਲਾ ਨਾ ਇੱਕ ਝਲਕੀ ਬਸ ਇੱਕ ਨਿੱਕੀ ਜਿਹੀ ਝਲਕੀ ਵਹਾ ਕੇ ਨਾ ਅਤੇ ਨਾਲ ਹੀ ਬੰਦ ਇੰਝ ਕਰ ਇੰਝ ਬਸ ਇੰਝ ਕਰ ਨਹੀਂ ਇੰਝ ਲਾ ਕੇ ਫੁੱਲ ਲਾ ਦੇ ਸਹੀ ਯਾਰ ਕੀ ਹੋ ਗਿਆ ਟਿੰਡ ਆਪਣੀ ਵੇਖੀ ਮੈਂ ਕਰਾਂਗਾ ਮੈਂ ਸਾਰੇ ਆਮ ਫਿਰਾਂਗਾ ਹੈ ਕਾਹਦੀ ਗੱਲ ਟਿੰਡ ਆਪਣੀ ਕਿਉਂ ਬਾਈ ਕਿਹੜੀ ਕਿਸੇ ਦੀ ਟਿੰਡ ਸਾਡੀ ਆਪਣੀ ਹੁਣ ਵਹਾ ਅੱਗੇ ਨਹੀਂ ਸਹੀ ਆਈ ਆਹਾ ਤੜਕ ਤੜਕ ਦਿੰਦਾ ਓਏ ਪਾਣੀ ਇਹਦੇ ਵਿੱਚ ਸਮੀ ਲਾ ਬੋਤਲ ਨਹੀਂ ਹੋ ਮੈਂ ਤਾਂ ਬੋਤਲ ਸਮਝ ਕੇ ਪੀ ਖੜੇ ਯੂਟਿਊਬ ਜੀਮੀ ਐਟਮ ਡੀਓ ਦੀ ਕਿ ਯੂਟਿਊਬ ਦੀ ਡੀਓ ਆਏ ਆਪਕੀ ਦਾਦੀ ਕੋ ਫੋਤ ਹੋਏ ਇੱਕ ਸਾਲ ਹੋ ਗਿਆ ਹੈ ਚਾਚਾ ਤੂੰ ਹੀ ਤਾਂ ਨਿਕਲ ਕੀ ਆਨਾ ਹੈ ਮਨੂੰ ਤੇ ਨਿਕਲ ਮੈਂ ਆਪਣੀ ਮੇਰੇ ਕੋ ਮਾਂ ਨਾ ਖਾ ਲਈ ਕੀ ਹੈ ਨੂੰ ਜੀ ਚਾ ਲੈ ਕੇ ਆ ਫਟਫਟ ਜਾ ਕਹਿੰਦਾ ਮੇਰੀ ਕੜੀ ਗਵਾਚ ਗਈ ਮੈਨੂੰ ਬੜਾ ਦੁੱਖ ਲੱਗਿਆ ਕੜੀ ਗਵਾਚ ਗਈ ਕਿੱਥੇ ਗਵਾਚ ਗਈ ਕਿ ਕਿਸੇ ਕੱਢ ਲਈ ਵਿਆਤੀ ਹੋ ਗਈ ਇਹ ਤਾਂ ਨੁਕਸਾਨ ਹੋ ਗਿਆ ਕਿਉਂ ਸਮੀ ਉੱਲਾ ਕਿੰਨੇ ਦੀ ਸੀ 1500 ਦੀ 2000 ਦੀ 15000 ਦੀ ਉਹ ਜਿਹੜੀ ਅਗਲੇ ਦਿਨ ਤੁਹਾਨੂੰ ਮੈਂ ਲਿਆ ਕੇ ਦਿੱਤੀ ਸੀ ਜਾ ਫਿਲਮੇ ਫਿਰ ਤੇਰਾ ਟਿੰਡ ਕਰਾਉਣਾ ਬਣਦਾ ਸੀ ਫਿਰ ਤੇਰੇ ਜਿਹੜਾ ਟਿੰਡ ਦੇ ਉੱਤੇ ਕਾਲਾ ਵੀ ਲਾਉਣੀ ਚਾਹੀਦੀ ਸੀ ਯਕੀਨ ਕਰ ਕੇ ਜਾਣ ਥੱਲੇ ਕੌਣ ਕੌਣ ਆਇਆ ਸੀ ਭੁੱਖ ਤੇ ਨਹੀਂ ਲੱਗੀ ਹੈ ਭੁੱਖ ਲੱਗੀ ਨਾ ਤੇ ਪੁੱਤਰ ਆਈਏ ਹੁਣ ਸਲਾਹ ਕਰੋ ਆਈਏ ਜਿਹੜਾ ਨਾ ਘਰ ਬਾਕੀ ਨੇ ਮੇਰਾ ਕਾਹਦਾ ਰੋਜ਼ ਹੈ ਪਰ ਹੁਣ ਜਿਹੜਾ ਨਾ ਅਸੀਂ ਸਾਲਨ ਚੈੱਕ ਕਰਨ ਲੱਗੇ ਹਾਂ ਇਹ ਤੂੰ ਮੰਨ ਕੇ ਵਿੱਚ ਲੈ ਤੂੰ ਚੱਖ ਲੈ ਚੱਖ ਲੈ ਨਹੀਂ ਚੱਖ ਲੈ ਨਹੀਂ ਤਾਂ ਮੈਂ ਖਾ ਹੜਨੀ ਹੈ ਨਹੀਂ ਹਾਂ ਤਾਂ ਫਿਰ ਮੈਂ ਖਾ ਹੜਨਾ ਜਾ ਇਹ ਬੋਟੀਆਂ ਚੱਖ ਲਓ ਬਾਅਦ ਚ ਨਾ ਕਿਉਂ ਲੱਭੀ ਨਹੀਂ ਚਾਚੀ ਸਹੀ ਏ ਨਮਕ ਮਿਰਚ ਸਹੀ ਏ ਜੀ
ਆਹੋ ਆਹੋ ਸਹੀ ਹੈ, ਨਾਰਮਲ ਹੀ ਸਹੀ ਹੈ। ਨੀਕ ਮਰਚ ਵਾਲੀ ਚੁੜੀਆ ਪੁੱਤਰ, ਉਹਨਾਂ ਨੂੰ ਮਰਚਾਂ ਲੱਗੀਆਂ ਨਾ, ਹੱਥ ਨਾਲ ਫੜ ਕੇ ਖਾਓ। ਸਾਲਨ ਹੋ ਗਿਆ ਤਿਆਰ, ਇਹਦੇ ਨਾਲ ਕੱਢ ਲੈਣਾ ਸੀ, ਇਹਦੇ ਨਾਲ ਇਹ ਸਹੀ ਹੋ ਗਿਆ। ਆਹੋ ਸਹੀ ਗੱਲ ਸਹੀ ਗੱਲ, ਪਾਣੀ ਪੀ ਲਏ, ਅੱਜ ਮੈਂ ਥੁੱਕ ਸੁੱਟਿਆ ਸੀ। ਸਹੀ ਗੱਲ, ਸਾਡੀ ਬਿੱਲੀ ਦਾ ਹਿੱਸਾ। ਚੱਲ 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 ਇੱਧਰ ਆ ਇੱਧਰ, ਇਹ ਲੋ ਖੋਲ ਲੈ। ਹੁਣ ਇਹਨਾਂ ਨੂੰ ਦਮ ਲਾਉਣ ਲੱਗੇ, ਰੋਟੀਆਂ ਤੇ ਫੁੱਲ ਵੀ ਸਾਡੇ ਆ ਗਏ ਨੇ ਕੰਬਲ। ਤੇ ਹੁਣ ਜਿਹੜਾ ਅਸੀਂ ਮਿੱਠੇ ਚਾਵਲ ਵੀ ਉੱਤੇ ਰੱਖ ਰਹੇ ਨੇ, ਸਾਲਨ ਸਾਡਾ ਹੋ ਗਿਆ ਰੈਡੀ, ਰੋਟੀਆਂ ਵੀ ਆ ਗਈਆਂ ਨੇ ਤੇ ਮਿੱਠੇ ਚਾਵਲ ਵੀ ਹੁਣ ਅਸੀਂ ਉੱਤੇ ਰੱਖ ਰਹੇ ਨੇ। ਤੇ ਯਾਰ ਚਾਵਲਾਂ ਨੂੰ ਤੇ ਸਾਲਨ ਵੀ ਦਮ ਲਾ ਖੜਿਆ ਸੀ, ਠੀਕ ਹੈ। ਰੋਟੀ ਛੋਟੀ ਜਿਹੜੀ ਹੈ ਨਾ ਉਹ ਆਲਮੋਸਟ ਸਾਡੀ ਤਿਆਰ ਹੋ ਗਈ ਹੈ, ਅਤੇ ਹੁਣ ਜਲਦੀ ਨਾਲ ਜਾ ਕੇ ਨਾ ਧੋ ਕੇ ਫਰੈਸ਼ ਹੋ ਕੇ ਅਤੇ ਫਿਰ ਤੁਹਾਨੂੰ ਮਿਲਣੇ ਆ ਖਤਮ ਦੇ ਵਿੱਚ। ਸਕੂਨ ਨਾਲ ਸਕੂਨ ਨਾਲ, ਅੱਛਾ ਅੱਛਾ ਸਕੂਨ ਨਾਲ ਖਾਓ, ਸਕੂਨ ਨਾਲ। ਸ਼ਾਬਾਸ਼ ਸ਼ਾਬਾਸ਼ ਸ਼ਾਬਾਸ਼, ਸਾਰੇ ਕਮਰੇ ਦੀ ਸਫਾਈ ਕਰ ਹੁਣ, ਸ਼ਾਬਾਸ਼ ਸ਼ਾਬਾਸ਼, ਤੂੰ ਵੀ ਕਰ ਰਹੇ। ਅਤੇ ਯਾਰ ਹੁਣ ਲੋਟੇ ਵਾਲੇ ਦਾ ਟਾਈਮ ਜੇ, ਠੀਕ ਹੈ, ਅਤੇ ਅਸੀਂ ਜਿਹੜਾ ਨਾ ਸਾਰੇ ਬੱਚਾ ਪਾਲਟੀ ਆਏ ਹਾਂ ਇਸ ਟਾਈਮ ਡੇਰੇ। ਅਤੇ ਯਾਰ ਜਿਸ ਤਰ੍ਹਾਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਅੱਜ ਸਾਡੇ ਦਾਦਾ ਜੀ ਅਤੇ ਦਾਦੀ ਜੀ ਦਾ ਜਿਹੜਾ ਨਾ ਸਾਲਾਨਾ ਖਤਮ ਸੀ, ਦਾਦੀ ਹੋਰਾਂ ਦਾ ਪਹਿਲਾ ਸਾਲਾਨਾ ਖਤਮ ਸੀ, ਕਿਉਂਕਿ ਅੱਜ ਜਿਹੜਾ ਨਾ ਉਹਨਾਂ ਨੂੰ ਇੱਕ ਸਾਲ ਹੋਇਆ ਸੀ ਅੱਜ ਦੁਨੀਆ ਤੋਂ ਰੁਖਸਤ ਹੋਇਆ, ਅਤੇ ਦਾਦਾ ਅੱਬੂ ਨੂੰ ਜਿਹੜਾ ਨਾ ਘੱਟੋ ਘੱਟ 9 ਸਾਲ ਹੋ ਗਏ ਨੇ, ਯਾਨੀ ਅਗਲੇ ਮਹੀਨੇ ਜਿਹੜਾ ਨਾ ਉਹਨਾਂ ਨੂੰ 9 ਸਾਲ ਹੋਣੇ ਹਨ, ਅਤੇ ਉਹਨਾਂ ਦਾ ਵੀ ਜਿਹੜਾ ਨਾ ਖਤਮ ਅੱਜ ਹੀ ਹੰਧਵਾ ਰਿਹਾ ਸੀ। ਬਾਕੀ ਅੱਜ ਸਾਰਾ ਦਿਨ ਜਿਹੜਾ ਨਾ ਸਾਡਾ ਬਹੁਤ 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 ਜ਼ਿਆਦਾ ਬਿਜ਼ੀ ਗੁਜ਼ਰਿਆ, ਅਤੇ ਹੁਣ ਆਈਏ ਜਿਹੜਾ ਨਾ ਅਸੀਂ ਵਿਹਲੇ ਹੋਏ ਹਾਂ, ਅਤੇ ਵਿਹਲੇ ਹੋ ਕੇ ਹੁਣ ਅਸੀਂ ਜਿਹੜਾ ਨਾ ਫਿਰਨ ਟੁਰਨ ਵਾਸਤੇ, ਵਾਕ ਚੱਕਣ ਵਾਸਤੇ, ਪੇਟ ਪੂਜਾ ਕਰਕੇ ਅਤੇ ਇਹਨੂੰ ਹਲਕਾ ਕਰਨ ਵਾਸਤੇ ਅਸੀਂ ਆਏ ਹਾਂ ਡੇੜੇ ਹੱਥੇ, ਅਸੀਂ ਵਾਕ ਚੱਕ ਆਣਦੇ ਹਾਂ, ਪੈਲੀਆਂ ਦੇ ਵਿੱਚ ਫਿਰਨੇ ਹਾਂ, ਫਰਾਰੀ ਦਾ ਚਾਚਾ ਵਾਲਾ ਜਾ ਰਿਹਾ ਹੈ, ਚਾਚਾ ਵਾਲਾ। ਆਹੋ ਸਮੀਉਲਾ ਕਹਿੰਦਾ ਮੈਂ ਫਰੰਟ ਸੀਟ ਤੇ ਬਹਿ ਕੇ ਜਾ ਰਿਹਾ,
ਆਹ ਇਹ ਚੀਜ਼ ਮੇਰੇ ਤੇ ਹੈ ਯਾਰ। ਇੱਥੇ ਮੈਂ ਆਪਣੀ ਵੀਡੀਓ ਦਾ ਕਰਨਾ ਵਾ ਐਂਡ। ਕਿੱਥੇ ਨਹੀਂ ਲੱਗੀ ਤੁਹਾਨੂੰ ਸਾਰਿਆਂ ਨੂੰ ਮੇਰੀ ਵੀਡੀਓ, ਮੈਨੂੰ ਕਮੈਂਟ ਵਿੱਚ ਲਾਜ਼ਮੀ ਦੱਸਣਾ। ਚੰਗੀ ਲੱਗੀ ਹੋਏ ਤਾਂ ਆਪਣੇ ਦੋਸਤਾਂ ਤੱਕ ਸ਼ੇਅਰ ਲਾਜ਼ਮੀ ਕਰ ਦੇਣਾ। ਮਿਲਣੇ ਅਗਲੇ ਵਲੌਗ ਦੇ ਵਿੱਚ। ਔਰ ਤੱਕ ਆਪਣਾ ਖਿਆਲ ਰੱਖਣਾ ਤੇ ਸਾਨੂੰ ਦੁਆਵਾਂ ਵਿੱਚ ਯਾਦ ਰੱਖਣਾ। ਓਕੇ ਬਾਏ, ਅੱਲਾ ਹਾਫਿਜ਼।